ਅਧੂਰੇ ਕੰਮ ਡਿਵੈਲਪਮੈਂਟ ਕਾਂਗਰਸ ਸਰਕਾਰ ਨੇ ਬੰਦ ਕੀਤੇ ਆ। ਜੋ ਅਸੀਂ ਨਾਲੇ ਦੇ ਸੰਗਤ ਦੇ ਵੋਟਰ ਨੇ ਫੈਸਲਾ ਕੀਤਾ ਸਿਰ ਮੱਥੇ ਅਸੀਂ ਪ੍ਰਵਾਨ ਕਰਦੇ ਹਾਂ ਅਤੇ ਡਿਵੈਲਪਮੈਂਟ ਦੇ ਨਾਂ 'ਤੇ ਸਾਨੂੰ ਇਹ ਵੋਟਾਂ ਮਿਲੀਆਂ ਨੇ। ਸਤਿ ਸ਼੍ਰੀ ਅਕਾਲ ਪ੍ਰਾਈਮ ਉਹਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਜਗਜੀਤ ਸਿੰਘ। ਦਰਸ਼ਕੋ, ਤੁਸੀਂ ਵੇਖਿਆ ਕਿ ਹਾਲੇ ਵਿੱਚ ਹੋਈਆਂ ਚੋਣਾਂ ਦਾ ਅੱਜ ਜਿਹੜੇ ਨਤੀਜੇ ਆ ਚੁੱਕੇ ਨੇ, ਜੇ ਗੱਲ ਕਰੀਏ ਤਾਂ ਅੱਜ ਨਾਲੇ ਵਿੱਚ 15 ਸੀਟਾਂ ਦੇ ਜਿਹੜੇ ਉਮੀਦਵਾਰ, ਜਿਹੜੇ 66 ਉਮੀਦਵਾਰ ਲੜ ਰਹੇ ਸੀ ਚੋਣ, ਉਹਨਾਂ ਵਿੱਚੋਂ ਅੱਜ ਜੇ ਗੱਲ ਕਰੀਏ ਤਾਂ ਅੱਜ ਕਾਂਗਰਸ ਦੇ ਖਾਤੇ ਜਿਹੜੀਆਂ 7 ਸੀਟਾਂ ਪਈਆਂ ਨੇ। ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਅੱਜ 8 ਸੀਟਾਂ ਦੇ ਜੇਤੂ ਰਹੀ ਆ। ਉਹਦੇ ਵਿੱਚ ਗੱਲ ਕਰੀਏ ਤਾਂ ਅੱਜ ਜਿਹੜਾ ਬੜਾ ਭਰਵਾਂ ਹੁੰਗਾਰਾ ਮਿਲ ਰਿਹਾ ਅਤੇ ਇੱਥੇ ਬੜੇ ਵੱਡੇ ਪੱਧਰ 'ਤੇ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ, ਜਿਹਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਜੀ ਬੋਨੀ ਵੀ ਮੌਜੂਦ ਨੇ, ਨਾਲ ਜਿਹੜੇ ਜੇਤੂ ਜਿਹੜੇ ਨੇ ਉਮੀਦਵਾਰ ਨੇ ਉਹ ਵੀ ਨਾਲ ਇੱਥੇ ਹੈਗੇ ਨੇ। ਅਸੀਂ ਅਮਰਪਾਲ ਸਿੰਘ ਬੋਨੀ ਨਾਲ ਗੱਲ ਕਰਾਂਗੇ। ਹਾਂਜੀ ਬੋਨੀ ਸਾਹਿਬ, ਅੱਜ ਜਿਹੜਾ ਜੇਤੂ 8 ਉਮੀਦਵਾਰ ਜੇਤੂ, ਇਹਨੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਧੰਨਵਾਦ ਹਾਂ ਜੀ ਨਾਲਾ ਸ਼ਹਿਰ ਨਿਵਾਸੀਆਂ ਦਾ, ਜਿਨ੍ਹਾਂ ਨੇ ਫਿਰ ਸਾਡੇ 'ਤੇ ਤੀਜੀ ਵਾਰੀ ਇਹ ਇੱਕ ਸੀਟਾਂ ਜਿਤਾ ਕੇ ਕਮੇਟੀ ਬਣਾ ਕੇ ਸਾਹ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਝੋਲੀ ਪਾਈ ਆ ਅਤੇ ਡਿਵੈਲਪਮੈਂਟ ਦੇ ਨਾਲ ਸਾਨੂੰ ਇਹ ਵੋਟਾਂ ਮਿਲੀਆਂ ਨੇ। ਜੇ ਗੱਲ ਕਰੀਏ ਬੋਨੀ ਸਾਹਿਬ, ਐਰ ਕਰੀ ਬੜੀ ਵੱਡੀ ਵੇਖਣ ਨੂੰ ਗੱਲ ਆਈ ਵੀ ਇਹ ਨਵੇਂ ਚਿਹਰੇ ਸੀ ਉਹ ਬੜੇ ਵੱਡੇ ਪੱਧਰ 'ਤੇ ਜਿਹੜੇ ਸਾਹਮਣੇ ਆਏ ਆ। ਜੋ ਸੰਗਤ ਦਾ ਫੈਸਲਾ ਕੀਤਾ, ਜੋ ਨਾਲੇ ਦੇ ਸੰਗਤ ਦੇ ਵੋਟਰ ਨੇ ਫੈਸਲਾ ਕੀਤਾ, ਸਿਰ ਮੱਥੇ ਹੀ ਪ੍ਰਵਾਨ ਕਰਦੇ ਹਾਂ। ਕੀ ਮੈਸੇਜ ਦੇਣਾ ਚਾਹੁੰਦੇ ਨੇ ਆਪਣੇ ਵੋਟਰਾਂ ਨੂੰ ਅਤੇ ਨਾਲ ਹੀ ਆਪਣੇ ਉਮੀਦਵਾਰਾਂ ਨੂੰ? ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਜਿਹੜੇ ਤੁਸੀਂ ਆਸ ਅਤੇ ਵਿਸ਼ਵਾਸ ਸਾਡੇ ਸ਼੍ਰੋਮਣੀ ਅਕਾਲੀ ਦਲ 'ਤੇ ਰੱਖੀ ਆ, ਸਾਹ ਸੁਖਬੀਰ ਸਿੰਘ ਬਾਦਲ ਜੀ ਦੇ, ਜਿਹੜੀ ਡਿਵੈਲਪ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆ, ਅਤੇ ਜਿਹੜੇ ਅਧੂਰੇ ਕੰਮ ਡਿਵੈਲਪਮੈਂਟ ਕਾਂਗਰਸ ਸਰਕਾਰ ਨੇ ਬੰਦ ਕੀਤੇ ਆ, ਪਹਿਲ ਦੇ ਆਧਾਰ 'ਤੇ ਨੂੰ ਸ਼ੁਰੂ ਕਰਾਵਾਂਗੇ। ਸਾਡੇ ਨਾਲ ਇੱਥੇ ਉਮੀਦਵਾਰ ਵੀ ਹੈਗੇ ਨੇ ਜੇਤੂ ਨੇ। ਹਾਂਜੀ ਵੀਰ ਜੀ, ਅੱਜ ਤੁਸੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਜਿਹੜੀ ਜਿੱਤ ਪ੍ਰਾਪਤ ਕਰਕੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਦਾ, ਧੰਨਵਾਦ ਕਰਦਾ ਕਿ ਅੱਜ ਦਾਸ ਨੂੰ ਚੌਥੀ ਵਾਰੀ ਸੇਵਾ ਦਾ ਮੌਕਾ ਦਿੱਤਾ। ਮੈਂ ਧੰਨਵਾਦੀ ਹਾਂ ਸਰਦਾਰ ਅਮਰਪਾਲ ਸਿੰਘ ਬੋਨੀ ਸਾਹਿਬ ਦਾ, ਜਿਨ੍ਹਾਂ ਦੀ ਮਿਹਨਤ ਦੇ ਸਦਕਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਦੇ ਸਾਰੇ ਉਮੀਦਵਾਰ ਬਹੁਮਤ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਆਏ। ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਜਿਹੜਾ ਖੁਸ਼ੀ ਦਾ ਮਾਹੌਲ ਬਣਿਆ ਪਿਆ ਅਤੇ ਲੋਕ ਜਿਹੜੇ ਨੇ ਵੱਡੇ ਪੱਧਰ 'ਤੇ ਹੋ ਕੇ ਜਿਹੜੀ ਆ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ, ਜਿੱਥੇ ਕਿ ਉਮੀਦਵਾਰਾਂ ਨੂੰ ਜਿਹੜੇ ਹਾਰ ਪਾ ਕੇ ਸਿਰੋਪੋ ਪਾ ਕੇ ਜਿਹੜਾ ਵਾ ਨਵਾਜਿਆ ਜਾ ਰਿਹਾ ਅਤੇ ਬਾਜ਼ਾਰਾਂ ਵਿੱਚ ਜਿਹੜਾ ਵਾ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਲਈ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਜਾਇਆ ਜਾ ਰਿਹਾ ਵਾ। ਤੁਸੀਂ ਵੇਖ ਰਹੇ ਹੋ ਕਿ ਉਮੀਦਵਾਰ ਜਿਹੜੇ ਬੜੇ ਵੱਡੇ ਪੱਧਰ 'ਤੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ। ਹਾਂਜੀ ਵੀਰ ਜੀ, ਅੱਜ ਤੁਸੀਂ ਜਿੱਤ ਪ੍ਰਾਪਤ ਕਰਕੇ ਇਹ ਕੀ ਕਹਿਣਾ ਚਾਹੁੰਦੇ ਹੋ? ਜਿੱਤ 11 ਨੰਬਰ ਵਾਰਡ ਸਾਰੀ ਦੀ ਹੈ ਜੀ, ਪਬਲਿਕ ਦੀ ਜਿੱਤ ਹੈ ਜੀ, ਸਾਰਿਆਂ ਦੇ ਨਾਲ ਆ ਜੀ। ਠੀਕ ਹੈ ਜੀ, ਬਹੁਤ ਖੁਸ਼ੀ ਹੈ, ਚਾਰੇ ਪਾਸੇ ਜਿਹੜਾ ਖੁਸ਼ੀ ਦਾ ਮਾਹੌਲ ਹੈ। ਇੱਥੇ ਗੱਲ ਕਰੀਏ, ਇੱਥੇ ਨਾਲ ਹੀ ਜਿਹੜਾ ਵਾ ਉਹ ਜਿਹੜੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਵਾ। ਇੱਥੇ ਗੱਲ ਵੇਖ ਰਹੇ ਹੋ ਤੁਸੀਂ ਕਿ ਸਰਦਾਰ ਅਮਰਪਾਲ ਸਿੰਘ ਜੀ ਬੋਨੀ ਉਹਨਾਂ ਨੂੰ ਵੀ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਅਤੇ ਨਾਲ ਹੀ ਉਹ ਜੇਤੂ ਉਮੀਦਵਾਰਾਂ ਨੂੰ ਵੀ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ। ਬਾਜ਼ਾਰ ਵੱਲੋਂ ਜਿਹੜਾ ਵਾ ਬੜਾ ਵੱਡਾ ਹੁੰਗਾਰਾ ਮਿਲ ਰਿਹਾ ਜੀ, ਬੜਾ ਭਰਵਾਂ ਹੁੰਗਾਰਾ। ਲੱਡੂ ਖਵਾ ਕੇ ਜਿਹੜਾ ਵਾ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਅਤੇ ਲੱਡੂ ਜਿਹੜੇ ਆ ਉਹ ਪਬਲਿਕ 'ਚ ਵੰਡੇ ਜਾ ਰਿਹਾ। ਤੁਸੀਂ ਵੇਖ ਰਹੇ ਹੋ ਕਿ ਇੱਕ ਬੜਾ ਭਰਵਾਂ ਹੁੰਗਾਰਾ ਅਤੇ ਪਿਆਰ ਦਾ ਜਿਹੜਾ ਸਬੂਤ ਮਿਲ ਰਿਹਾ ਵਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਵਾ ਬੜਾ ਵੱਡਾ ਭਰਵਾਂ ਹੁੰਗਾਰਾ ਮਿਲਿਆ ਅੱਜ। ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਜਿਹੜੀਆਂ ਹਾਲੇ ਵਿੱਚ ਜਿਹੜੀ ਹੋਈਆਂ ਚੋਣਾਂ ਦਾ ਨਤੀਜੇ ਜਿਹੜੇ ਨੇ ਫਾਈਨਲ ਹੋ ਚੁੱਕੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ 8 ਸੀਟਾਂ 'ਤੇ ਜੇਤੂ ਰਹੀ ਆ। ਬਾਕੀ ਹੁਣ ਤੁਹਾਨੂੰ ਦਿਖਾਉਂਦੇ ਰਹਾਂਗੇ ਅਸੀਂ ਹੋਰ ਵੀ ਅਪਡੇਟ ਅਸੀਂ ਨਾਲੇ ਦੀਆਂ, ਤੁਸੀਂ ਜੁੜੇ ਰਹੋ ਇੱਦਾਂ ਹੀ ਪ੍ਰਾਈਮ ਉਹਦੇ ਦੇ ਨਾਲ। ਅਸੀਂ ਨਾਲਾ ਤੋਂ ਪ੍ਰਾਈਮ ਉਹਦੇ ਲਈ ਜਗਜੀਤ ਸਿੰਘ।